ਹਾਂਜੀ ਮਿੱਤਰੋ, ਕੀ ਹਾਲ ਚਾਲ? ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ। ਅਤੇ ਲੈ ਕੇ ਹਾਜ਼ਰ ਹਾਂ ਜਮਾਤ ਥਰਡ ਵਾਲਿਆਂ ਦੇ ਲਈ, ਯਾਨੀ ਕਿ ਤੀਜੀ ਜਮਾਤ ਵਾਲਿਆਂ ਦੇ ਲਈ ਇੰਗਲਿਸ਼ ਦਾ ਪੇਪਰ, ਜੋ ਕਿ ਤੁਹਾਡਾ ਸੋਮਵਾਰ ਨੂੰ ਹੋਣ ਵਾਲਾ ਹੈ। ਸੋਮਵਾਰ ਦਾ ਪੇਪਰ ਦੋਸਤੋ, ਵੀਡੀਓ ਦੇ ਅੰਤ ਤੱਕ ਬਣਿਆ ਰਹਿਣਾ, ਕਿਉਂਕਿ ਤੁਹਾਨੂੰ ਕੁਐਸਚਨ ਪੇਪਰ ਪੂਰਾ ਹੱਲ ਕਰਾ ਕੇ ਵੀਡੀਓ ਬਣਾਈ ਹੋਈ ਹੈ, ਠੀਕ ਹੈ। ਕੁਐਸਚਨ ਦੇ ਨਾਲ ਨਾਲ ਤੁਹਾਨੂੰ ਆਂਸਰ ਵੀ ਕਰਾਏ ਗਏ ਹਨ। ਵੀਡੀਓ ਦੇ ਅੰਤ ਤੱਕ ਬਣਿਆ ਰਹਿਣਾ, ਚੈਨਲ ਦੇ ਨਾਮ ਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਇਹੋ ਜਿਹੀਆਂ ਵੀਡੀਓ ਹੋਰ ਵੇਖਣ ਦੇ ਲਈ। ਜਿਵੇਂ ਦੋਸਤੋ ਤੁਸੀਂ ਇਹ ਤਾਂ ਭਰ ਲਓਗੇ, ਠੀਕ ਹੈ, ਆਪਣੇ ਆਪ ਇਹ ਚੀਜ਼ਾਂ ਦਾ ਤੁਸੀਂ ਆਪ ਭਰ ਲਓਗੇ। ਸਭ ਤੋਂ ਪਹਿਲਾਂ ਤੁਹਾਡਾ ਆਜੂਗਾ ਸੈਕਸ਼ਨ ਏ, ਠੀਕ ਹੈ, ਜਿਸ ਦੇ ਵਿੱਚ 5 ਕੁਐਸਚਨ ਹੋਣਗੇ, 2 ਅੰਕਾਂ ਅਤੇ 10 ਅੰਕ ਤੁਹਾਨੂੰ ਇਸ ਦੇ ਵਿੱਚ ਮਿਲ ਜਾਣਗੇ। ਬਿਲਕੁਲ ਸੌਖੇ ਕੁਐਸਚਨ ਹਨ, ਕਿਵੇਂ ਕਰਨੇ ਹਨ ਤੁਸੀਂ ਆਪ ਦੱਸਦੇ ਹਾਂ। ਜਿਵੇਂ ਦੋਸਤੋ ਰੀਡ ਦ ਪੈਸੇਜ ਐਂਡ ਆਂਸਰ ਦ ਫੋਲੋਇੰਗ ਕੁਐਸਚਨਸ, ਇਹ ਕਰਨਾ ਹੋਵੇ ਦੋਸਤੋ ਤੁਹਾਨੂੰ ਇਸ ਤਰ੍ਹਾਂ ਦਾ ਪੈਰਾਗ੍ਰਾਫ ਦਿੱਤਾ ਹੋਊਗਾ ਇੱਕ, ਠੀਕ ਹੈ। ਉਹਦੇ ਵਿੱਚ ਕੁਐਸਚਨ ਪੁੱਛਿਆ ਗਿਆ, ਤੁਹਾਡੇ 4 ਆਪਸ਼ਨ ਦਿੱਤੇ ਗਏ ਹਨ, ਪੈਰੇ ਦੇ ਵਿੱਚ ਵੀ ਤੁਹਾਨੂੰ ਕੁਐਸਚਨ ਪੁੱਛੇ ਗਏ ਹਨ, ਠੀਕ ਹੈ। ਜਿਵੇਂ ਕਿ ਵੇ ਆਰ ਵਿਟੂ ਐਂਡ ਹਿਸ ਫਰੈਂਡ ਗੋਇੰਗ, ਵਿਟੂ ਐਂਡ ਉਹਦਾ ਫਰੈਂਡ ਕਿੱਥੇ ਜਾ ਰਹੇ ਸੀ, ਹੋਸਪਿਟਲ, ਸਕੂਲ, ਪਾਰਕ ਜਾਂ ਫਿਰ ਬੈਂਕ। ਜਿਵੇਂ ਦੋਸਤੋ ਇੱਥੇ ਲਿਖਿਆ ਹੋਊਗਾ ਵਿਟੂ ਐਂਡ ਹਿਸ ਫਰੈਂਡ ਇਜ਼ ਗੋਇੰਗ ਟੂ ਪਾਰਕ, ਠੀਕ ਹੈ, ਪਾਰਕ ਜਾ ਰਹੇ ਸੀ ਉਹ। ਸੀ ਆਫ ਰਾਈਟ ਆਂਸਰ, ਵੈਨ ਡਿਡ ਦ ਰੀਚ ਦੇਅਰ, ਉਹ ਕਿੰਨੇ ਵਜੇ ਪਹੁੰਚੇ ਸੀ, 9 AM, 9 AM ਇਸ ਦਾ ਆਂਸਰ ਹੋ ਗਿਆ ਡੀ ਆਪਸ਼ਨ। ਅੱਗੇ ਆ ਜਾਓ, ਹੂ ਇਜ਼ ਰਾਈਡਿੰਗ ਹਿਸ ਨਿਊ ਬਾਈਸਾਈਕਲ, ਦੋਸਤੋ ਕੌਣ ਰਾਈਡਿੰਗ ਕਰ ਰਿਹਾ ਸੀ, ਪ੍ਰੀਤ ਇਜ਼ ਰਾਈਡਿੰਗ, ਠੀਕ ਹੈ, ਹਿਸ ਨਿਊ ਬਾਈਸਾਈਕਲ, ਪ੍ਰੀਤ ਇਸ ਦਾ ਆਂਸਰ ਹੋ ਜਾਓ, ਠੀਕ ਹੈ, ਪ੍ਰੀਤ। ਐਂਡ ਅੱਗੇ ਆ ਜੂਗਾ ਤੁਹਾਡਾ ਵਟ ਆਰ ਵਿੱਕੀ ਐਂਡ ਵੀਨਾ ਡੂਇੰਗ, ਕੀ ਕਰ ਰਹੇ ਸੀ ਦੋਸਤੋ ਇਹ, ਇੱਥੇ ਦਿੱਤਾ ਹੋਊਗਾ ਤੁਹਾਨੂੰ, ਵਿੱਕੀ ਐਂਡ ਵੀਨਾ ਆਰ ਫਲਾਇੰਗ ਅ ਕਾਈਟ, ਠੀਕ ਹੈ, ਫਲਾਇੰਗ ਅ ਕਾਈਟ, ਪਤੰਗ ਉਡਾ ਰਹੇ ਸੀ ਉਹ, ਡੀ ਆਪਸ਼ਨ। ਚੂਜ਼ ਦਾ ਪੈਲਰ ਵਾਲਾ, ਡੇ ਬਾਈਸਾਈਕਲ ਸਵਿੰਗਸ ਕਾਈਟ, ਦੋਸਤੋ ਕੀ ਹੋਵੇਗਾ, ਡੇ, ਠੀਕ ਹੈ, ਡੇ ਇਸ ਦਾ ਆਂਸਰ ਹੋ ਜੂਗਾ। ਸੈਕਸ਼ਨ ਬੀ ਆ ਜੀ ਦੋਸਤੋ ਤੁਹਾਡਾ ਅੱਗੇ, ਇਹ ਇਸ ਦੇ ਵਿੱਚ 12 ਕੁਐਸਚਨ ਹੋਣਗੇ ਕੁੱਲ, ਠੀਕ ਹੈ, 24 ਅੰਕਾਂ ਦਾ ਇਹ ਤੁਹਾਨੂੰ ਮਿਲ ਜਾਵੇਗਾ, ਹਰ ਇੱਕ ਕੁਐਸਚਨ ਦਾ ਆਂਸਰ 2 ਅੰਕਾਂ ਦਾ ਹੋਵੇਗਾ। ਜਿਵੇਂ ਦੋਸਤੋ ਚੂਜ਼ ਦਾ ਕਰੈਕਟ ਆਪਸ਼ਨ ਫੋਰ ਦਾ ਫਲੋਇੰਗ ਕੁਐਸਚਨਸ, ਚੂਜ਼ ਦਾ ਸੇਮ ਵਰਡ, ਸੇਮ ਵਰਡ ਦੋਸਤੋ, ਨਿਊ ਵਰਡ ਕਿੱਥੇ ਲਿਖਿਆ ਗਿਆ, ਇੱਥੇ ਨਿਊ ਲਿਖਿਆ ਹੋਇਆ ਤਾਂ ਤੁਸੀਂ ਨਿਊ, ਹੋਰ ਕਿੱਥੇ ਹੋਵੇਗਾ, ਫਿਊ, ਸਿਊ ਅਤੇ ਨਿਊ, ਇਹ ਰਿਹਾ, ਠੀਕ ਹੈ ਦੋਸਤੋ, ਇੱਥੇ ਟਿੱਕ ਲਗਾ ਲੈਣੇ ਤੁਸੀਂ। ਰਾਈਟ ਰਾਈਮਿੰਗ ਵਰਡ ਫੋਰ ਈਚ, ਵਾਲ ਪੈਟ, ਠੀਕ ਹੈ ਦੋਸਤੋ, ਵਾਲ ਔਰ ਪੈਟ ਦਾ ਆਂਸਰ ਤੁਸੀਂ ਲਿਖਣਾ ਹੋਵੇਗਾ, ਰਾਈਮਿੰਗ ਵਰਡ, ਇਸ ਦੇ ਨਾਲ ਮਿਲਦੇ ਜੁਲਦੇ ਵਰਡ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਅੱਗੇ ਆਜੂਗਾ ਚੂਜ਼ ਦਾ ਕਰੈਕਟ ਲੈਟਰ ਟੂ ਕੰਪਲੀਟ ਦ ਵਰਡ, ਇਹ ਕੀ ਹੈ ਦੋਸਤੋ, ਤੁਹਾਨੂੰ ਡਾਇਗਰਾਮ ਵੀ ਨਾਲ ਦਿੱਤਾ ਗਿਆ ਹੈ, ਠੀਕ ਹੈ, ਫੋਟੋ ਵੀ ਨਾਲ ਦਿੱਤੀ ਗਈ ਹੈ, ਕੀ ਇਹ ਪਾਇਲਟ ਹੈ, ਤਾਂ ਉਹ ਆਜੂਗਾ, ਠੀਕ ਹੈ, ਉਹ ਇਸਦਾ ਆਂਸਰ ਹੋ ਜੂਗਾ। ਚੂਜ਼ ਦਾ ਕਰੈਕਟ ਵਰਡ ਫੋਰ ਦ ਪਿਕਚਰਸ, ਇਹ ਪਿਕਚਰ ਦੇ ਵਿੱਚ ਕੀ ਦਿੱਤਾ ਗਿਆ ਦੋਸਤੋ, ਠੀਕ ਹੈ, ਕੇਕ ਹੈ ਇੱਕ ਤਰ੍ਹਾਂ ਦਾ, ਤਾਂ ਕੇਕ ਇਸ ਦੇ ਵਿੱਚ ਉੱਤਰ ਹੋ ਜਾਵੇਗਾ। ਅਤੇ ਅੱਗੇ ਆ ਜੀ ਦੋਸਤੋ ਪੁੱਟ ਦ ਕਰੋਸ ਮਾਰਕ ਔਨ ਦ ਪੇਅਰ ਨੋਟ ਹੈਵਿੰਗ ਦ ਸੇਮ ਵਰਡ, ਕਿਹੜਾ ਵਰਡ ਸੇਮ ਨਹੀਂ ਹੈਗਾ ਦੋਸਤੋ, ਠੀਕ ਹੈ, ਕਿਵੇਂ ਕਰਨਾ ਆਪਾਂ ਨੇ, ਕੋਪ ਕੋਪ, ਠੀਕ ਹੈ, ਇਹ ਵੀ ਸਹੀ ਹੈ, ਠੀਕ ਹੈ, ਪੁੱਟ ਪੁੱਟ, ਇਹ ਵੀ ਸਹੀ ਹੈ, ਰਨ ਸਨ, ਇਹ ਗਲਤ ਹੈ, ਠੀਕ ਹੈ ਦੋਸਤੋ, ਇੱਥੇ ਆਪਾਂ ਨੇ ਕਰੋਸ ਦਾ ਨਿਸ਼ਾਨ ਲਗਾ ਲੈਣਾ ਹੈ, ਮੋਪ ਮੋਪ, ਇਹ ਵੀ ਸਹੀ ਹੈ, ਅਤੇ ਤੀਜਾ ਰਨ ਸਨ ਦਾ ਆਂਸਰ ਤੁਹਾਡਾ ਸਹੀ ਹੋ ਜਾਵੇਗਾ। ਫਾਇੰਡ ਦ ਵਰਡ ਇਚ ਇਜ਼ ਰਾਈਟਿੰਗ ਥਰੇਸ, ਠੀਕ ਹੈ ਦੋਸਤੋ, ਤੁਸੀਂ ਕੀ ਕਰਨਾ ਇਸ ਦੇ ਵਿੱਚ, ਜਿਵੇਂ ਕਿ ਦਿੱਤਾ ਗਿਆ ਹੈ ਵਰਡ ਲੱਭਣੇ ਹਨ ਇਸ ਦੇ ਵਿੱਚ ਥਰਾਈਸ ਵਾਲੇ, ਠੀਕ ਹੈ। ਅੱਗੇ ਅੱਜ ਦੋਸਤੋ ਟਿੱਕ ਦਾ ਕਰੈਕਟ ਪ੍ਰੋਨਾਊਨ ਫੋਰ ਦਾ ਗਿਵਨ ਪਿਕਚਰ, ਇਹ ਦੋਸਤੋ ਆਪਣੇ ਇਹ ਤਾਂ ਕੀ ਹੈ ਦੋਸਤੋ, ਸੀ, ਠੀਕ ਹੈ, ਇੱਕ ਗਰਲ ਹੈ ਤਾਂ ਸੀ ਜਿੱਥੇ ਆਜੂਗਾ, ਇਹ ਕਿੰਨ ਇਹ ਦੇ ਹਨ, ਇਹ ਬਹੁਤ ਸਾਰੇ ਹਨ ਤਾਂ ਦੇ ਆਜੂਗਾ।
ਅਤੇ ਅੱਗੇ ਦੋਸਤੋ ਅੱਜ ਤੁਹਾਡਾ ਕੀ ਆਵੇਗਾ, ਇਨਸਰਕਲ ਦਾ ਵਰਡ ਹੈਵਿੰਗ ਡਬਲੀ। ਠੀਕ ਹੈ ਦੋਸਤੋ, ਕਿਹੜਾ ਆਪਾਂ ਨੇ ਸਰਕਲ ਲਗਾ ਲੈਣਾ। ਠੀਕ ਹੈ, ਇੱਥੇ ਸ਼ੋਪਕੀਪਰ ਇਸਦਾ ਆਂਸਰ ਆਜੂਗਾ। ਚੂਜ਼ ਦਾ ਕਰੈਕਟ ਸਪੈਲਿੰਗ ਫੋਰ ਇਲੈਵਨ। ਇਲੈਵਨ, ਠੀਕ ਹੈ ਦੋਸਤੋ, ਇਲੈਵਨ ਦੇ ਸਪੈਲਿੰਗ ਕੀ ਹਨ ਇਹ ਤੁਸੀਂ ਆਪ ਦੱਸਣਾ ਦੋਸਤੋ। ਠੀਕ ਹੈ, ਇਹ ਸਪੈਲਿੰਗ ਕਿਹੜੇ ਹਨ, ਏ ਬੀ ਸੀ ਡੀ। ਠੀਕ ਹੈ, ਆਪਾਂ ਸਹੀ ਕਮੈਂਟ ਦੱਸਣ ਵਾਲੇ ਨੂੰ, ਸਹੀ ਆਂਸਰ ਦੱਸਣ ਵਾਲੇ ਨੂੰ ਆਪਾਂ ਕਮੈਂਟ ਪਿੰਨ ਕਰਾਂਗੇ। ਠੀਕ ਹੈ ਦੋਸਤੋ, ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਨੌਵੇਂ ਕੁਐਸਚਨ ਦਾ ਕੀ ਆਂਸਰ ਹੋਵੇਗਾ। ਅਤੇ ਅੱਗੇ ਆ ਜੂਆ ਇਨਸਰਕਲ ਦਾ ਓਪੋਜਿਟ ਆਫ ਡੇ। ਡੇ ਦਾ ਦੋਸਤੋ ਓਪੋਜਿਟ ਕੀ ਹੋਵੇਗਾ, ਨਾਈਟ। ਠੀਕ ਹੈ, ਏ ਆਪਸ਼ਨ ਰਾਈਟ ਆਂਸਰ ਹੋ ਜੂਗਾ। ਚੂਜ਼ ਦਾ ਇਨਕਰੈਕਟ ਪੇਅਰ, ਫਾਦਰ ਮਦਰ, ਮੈਨ ਵੂਮੈਨ, ਬੋਏ ਸੀ, ਅੰਕਲ ਆਂਟ। ਇੱਥੇ ਦੋਸਤੋ ਸੀ ਆਪਸ਼ਨ ਰਾਈਟ ਆਂਸਰ ਹੋ ਜਾਵੇਗਾ, ਬੋਏ ਸੀ। ਠੀਕ ਹੈ, ਫਾਇੰਡ ਦਾ ਇਨਕਰੈਕਟ ਆਪਸ਼ਨ, ਅ ਕੰਪਿਊਟਰ, ਅ ਬੁੱਕ, ਅ ਰੇਜ਼ਰ, ਐਂਡ ਇੰਕ ਪੋਟ। ਐਂਡ ਇੰਕ ਪੋਟ ਦੇ ਜਿਹੜਾ ਕਿ ਆਂਸਰ ਹੋ ਜਾਵੇ ਤੁਹਾਡਾ। ਠੀਕ ਹੈ, ਦੇ ਫਾਇੰਡ ਦਾ ਆਪਣੇ ਇਨਕਰੈਕਟ ਆਪਸ਼ਨ ਲਿਖਣੀ ਹੈ। ਇੱਥੇ ਦੋਸਤੋ ਤੁਹਾਡਾ ਕੀ ਹੋਵੇਗਾ, ਸੀ ਆਂਸਰ ਹੋ ਜਾਓ। ਠੀਕ ਹੈ, ਸੈਕਸ਼ਨ ਸੀ ਆ ਜੀ ਤੁਹਾਡਾ, ਆਂਸਰ ਦਾ ਫਲੋਇੰਗ ਕੁਐਸਚਨਸ ਐਨੀ ਫੋਰ। ਇਹ ਦੋਸਤੋ ਤੁਹਾਨੂੰ ਆਪਣੀ ਨੋਟਬੁੱਕ ਵਿੱਚੋਂ ਵੇਖਣੇ ਪੈਣਗੇ ਕੁਐਸਚਨ ਕਿਹੜੇ ਕਿਹੜੇ ਹਨ। ਠੀਕ ਹੈ, ਜਿਵੇਂ ਕਿ ਹੂ ਇਜ਼ ਪਲੇਇੰਗ ਫੁੱਟਬਾਲ, ਅ ਵਿਜ਼ਿਟ ਟੂ ਅ ਪਾਰਕ। ਠੀਕ ਹੈ ਦੋਸਤੋ, ਇਹ ਪਲੇ ਵਾਲੇ ਲੈਸਨ ਵਿੱਚੋਂ ਲੈ ਗਏ ਨੇ ਇਹ ਕੁਐਸਚਨਸ। ਇਹ ਕੋਈ ਵੀ ਤੁਸੀਂ ਚਾਰ ਕਰ ਸਕਦੇ ਹੋ। ਹਾਓ ਓਲਡ ਆਰ ਰਵੀ ਗ੍ਰੈਂਡਫਾਦਰਸ। ਅੱਗੇ ਆ ਜੂਆ ਵੇਅਰ ਇਜ਼ ਦ ਟ੍ਰੀ, ਵਟ ਇਜ਼ ਦ ਗ੍ਰੈਂਡ ਗਾਰਡਨ ਡੂਇੰਗ। ਅੱਗੇ ਆ ਜੂਆ ਹੂ ਲਾਈਕ ਟੂ ਪਲੇ ਵਿਦ ਦ ਬਾਲ, ਵਟ ਇਜ਼ ਕੋਮਲ ਡੂਇੰਗ। ਠੀਕ ਹੈ, ਇਹ ਕੁਐਸਚਨਸ ਨੇ ਤੁਸੀਂ ਆਪਣੀ ਨੋਟਬੁੱਕ ਵਿੱਚੋਂ ਵੇਖ ਕੇ ਕਰ ਲੈਣਾ। ਟਿੱਕ ਦਾ ਕਰੈਕਟ ਸੈਂਟੈਂਸ ਫੋਰ ਗਿਵਨ ਪਿਕਚਰ। ਇਹ ਦੋਸਤੋ ਕੀ ਹੈ, ਇਹ ਸੀ ਇਜ਼ ਸੈਡ, ਇੱਥੇ ਟਿੱਕ ਲਗਾ ਲੈਣੀ ਆ। ਹੀ ਸੀ ਇਜ਼ ਨਰਸ। ਠੀਕ ਹੈ, ਇੱਥੇ ਸੀ ਇਜ਼ ਨਰਸ ਆਜੂਗਾ। ਰਾਈਟ ਅਬਾਊਟ ਯੂਅਰ ਸੈਲਫ, ਤੁਹਾਡੇ ਬਾਰੇ ਲਿਖਣਾ ਹੋਵੇਗਾ। ਤੁਸੀਂ ਤਿੰਨ ਲਾਈਨਾਂ ਦਿੱਤੀਆਂ ਗਈਆਂ ਪੂਰੀਆਂ ਕਰਨੀਆਂ ਹੈ ਤੁਹਾਡਾ, ਆਪਾਂ ਦੱਸ ਦਿੰਦੇ ਕਿਵੇਂ ਕਰਨੇ ਹਨ। ਮਾਈ ਨੇਮ ਇਜ਼, ਇੱਥੇ ਤੁਹਾਡਾ ਨਾਮ ਜੋ ਵੀ ਹੈ ਤੁਹਾਡਾ। ਠੀਕ ਹੈ, ਇੱਥੇ ਤੁਸੀਂ ਆਪਣਾ ਨਾਮ ਲਿਖ ਲੈਣਾ। ਠੀਕ ਹੈ, ਜਿਵੇਂ ਕਿ ਆਪਾਂ ਇੱਥੇ ਹਰਮਨ ਲਿਖ ਲਿਆ ਤਾਂ ਹਰਮਨ ਇੱਥੇ ਆਂਸਰ ਆਜੂਗਾ। ਅਤੇ ਅੱਗੇ ਆਜੂਗਾ ਆਈ ਐਮ ਡੈਸ਼ ਈਅਰ ਓਲਡ, ਕਿੰਨੇ ਸਾਲਾਂ ਦੇ ਹੋਵੋਗੇ ਤੁਸੀਂ, ਦਸ। ਠੀਕ ਹੈ, ਸੱਤ ਅੱਠ ਜਿੰਨੇ ਵੀ ਤੁਸੀਂ ਸਾਲ ਦੇ ਹੋਵੋਗੇ ਤਾਂ ਇੱਥੇ ਤੁਸੀਂ ਲਿਖ ਲੈਣਾ। ਆਈ ਲਾਈਕ ਟੂ ਪਲੇ ਡੈਸ਼, ਤੁਸੀਂ ਕੋਈ ਵੀ ਕੋਈ ਚੀਜ਼ ਖੇਡਦੇ ਹੋ, ਕ੍ਰਿਕਟ, ਫੁੱਟਬਾਲ, ਵਾਲੀਬਾਲ, ਤੁਸੀਂ ਇੱਥੇ ਲਿਖ ਸਕਦੇ ਹੋ। ਠੀਕ ਹੈ, ਰਾਈਟ ਨੇਮ ਆਫ ਦਾ ਡੇਜ਼ ਆਫ ਦਾ ਵੀਕ ਐਨੀ ਫਾਈਵ। ਠੀਕ ਹੈ, ਸੰਡੇ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ, ਫਰਾਈਡੇ, ਸੈਟਰਡੇ, ਤੁਸੀਂ ਇਹ ਲਿਖ ਸਕਦੇ ਹੋ, ਕੋਈ ਵੀ ਪੰਜ ਲਿਖ ਸਕਦੇ ਹੋ। ਠੀਕ ਹੈ, ਰਾਈਟ ਐਂਡ ਟੂ ਸੈਂਟੈਂਸ ਫੋਰ ਦ ਗਿਵਨ ਪਿਕਚਰ। ਇਹ ਦੋਸਤੋ ਪਿਕਚਰ ਬਣੀ ਹੋਈ ਹੈ, ਇੱਥੇ ਕੀ ਹੋ ਰਿਹਾ ਤੁਸੀਂ ਇਹ ਦੱਸਣਾ ਹੋਵੇ। ਕੋਈ ਵੀ ਦੋ ਵਾਕ ਬਣਾਉਣੇ ਹਨ, ਸੈਂਟੈਂਸ ਬਣਾਉਣੇ ਹਨ ਇਸੇ ਫੋਟੋ ਦੇ ਰਿਲੇਟਡ। ਠੀਕ ਹੈ, ਆਪਾਂ ਕਿਵੇਂ ਬਣਾ ਸਕਦੇ ਹਾਂ, ਜਿਵੇਂ ਕਿ ਚਿਲਡਰਨਜ਼ ਆਰ ਪਲੇਇੰਗ ਇਨ ਦਾ ਪਾਰਕ। ਠੀਕ ਹੈ, ਆਪਾਂ ਇਹ ਲਿਖ ਸਕਦੇ ਹਾਂ। ਅਤੇ ਹੋਰ ਕੀ ਕਹਿ ਸਕਦੇ ਹਾਂ, ਜਿਵੇਂ ਕਿ ਬਾਈਸਾਈਕਲ ਹੈ ਇੱਥੇ, ਅਤੇ ਟ੍ਰੀ ਹੈ, ਅਤੇ ਗਰੀਨਰੀ ਵੀ ਹੈ ਦੋਸਤੋ, ਆਪਾਂ ਲਿਖ ਸਕਦੇ ਹਾਂ। ਪਾਰਕ ਇਜ਼ ਗਰੀਨ, ਇੱਥੇ ਲਿਖ ਸਕਦੇ ਹੋ ਵੈਰੀ ਬਿਊਟੀਫੁਲ। ਇਸ ਤਰ੍ਹਾਂ ਤੁਸੀਂ ਕੁਛ ਵੀ ਲਿਖ ਸਕਦੇ ਹੋ। ਕੰਪਲੀਟ ਦ ਫਲੋਇੰਗ ਸੈਂਟੈਂਸ ਟੂ ਰਾਈਟ ਅਬਾਊਟ ਯੂਅਰ ਸੈਲਫ, ਆਪਣੇ ਬਾਰੇ ਲਈ। ਇਹ ਫਿਰ ਆ ਜੂ ਦੋਸਤੋ। ਠੀਕ ਹੈ, ਆਪਣੇ ਬਾਰੇ ਲਿਖਣਾ ਹੋਵੇਗਾ, ਕਿਵੇਂ ਲਿਖਣਾ ਤੁਸੀਂ ਤੁਹਾਨੂੰ ਦੱਸ ਦਈਏ। ਮਾਈ ਨੇਮ ਇਜ਼, ਤੁਹਾਡਾ ਨਾਮ, ਇੱਥੇ ਤੁਹਾਡਾ ਨਾਮ ਆ ਜਾਓ। ਠੀਕ ਹੈ, ਜੋ ਵੀ ਤੁਹਾਡਾ ਨਾਮ ਹੈ ਇੱਥੇ ਲਿਖ ਲੈਣਾ। ਮਾਈ ਫਾਦਰ ਨੇਮ ਇਜ਼, ਜੋ ਤੁਹਾਡੇ ਪਿਤਾ ਜੀ ਦਾ ਨਾਮ ਹੈ ਇੱਥੇ ਲਿਖ ਲੈਣਾ। ਇੱਥੇ ਮਦਰ ਨੇਮ ਆ ਜੂ, ਤੁਹਾਡੇ ਮਾਤਾ ਜੀ ਦਾ ਨਾਮ। ਆਈ ਰੀਡ ਇਨ ਥਰਡ ਕਲਾਸ, ਠੀਕ ਹੈ, ਥਰਡ ਕਲਾਸ ਤੁਸੀਂ ਲਿਖ ਲੈਣਾ। ਆਈ ਐਮ ਡੈਸ਼ ਈਅਰਸ ਓਲਡ, ਤੁਸੀਂ ਕਿੰਨੇ ਸਾਲ ਦੇ ਹੋ ਇੱਥੇ ਲਿਖ ਲੈਣਾ। ਠੀਕ ਹੈ,
ਅੱਗੇ ਆ ਜੀ ਦੋਸਤੋ, ਗੁੱਡ ਹੈਂਡਰਾਈਟਿੰਗ ਦੇ ਤੁਹਾਡੇ 5 ਮਾਰਕਸ ਮਿਲ ਜਾਣਗੇ। ਚੰਗੀ ਹੈਂਡਰਾਈਟਿੰਗ ਕਰੋਗੇ ਤਾਂ ਤੁਹਾਨੂੰ 5 ਮਾਰਕਸ ਮਿਲ ਜਾਣਗੇ, ਠੀਕ ਹੈ। ਅਤੇ ਇਸੇ ਤਰ੍ਹਾਂ ਦੋਸਤੋ ਤੁਹਾਡਾ ਪੂਰਾ ਪੇਪਰ ਹੱਲ ਹੋ ਚੁੱਕਾ ਹੈ। ਜੇਕਰ ਦੋਸਤੋ ਤੁਹਾਨੂੰ ਹੋਰ ਵੀ ਕੋਈ ਕੁਐਸਚਨ ਪੇਪਰ ਚਾਹੀਦਾ ਤਾਂ ਤੁਸੀਂ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਅਤੇ ਆਪਣਾ ਪੇਪਰ ਲੈ ਸਕਦੇ ਹੋ। ਅਤੇ ਇਸੇ ਤਰ੍ਹਾਂ ਦੇ ਹੋਰ ਪੇਪਰ ਦੇਖਣ ਲਈ ਦੋਸਤੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਲੱਗੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਲ ਦਾ ਹੈਡ ਜ਼ਰੂਰ ਕਰ ਦੇਣਾ, ਜਿਸ ਦੇ ਲਈ ਦੋਸਤੋ ਹਰ ਇੱਕ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ। ਅਤੇ ਵੀਡੀਓ ਦਾ ਅੰਤ ਤੱਕ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ, ਅਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ।